ਕਿਤੇ ਪੱਥਰਬਾਜ਼ੀ ਕਿਤੇ ਭੱਜ ਦੌੜ ਇਹ ਤਸਵੀਰਾਂ ਨੇ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦੇ ਮੋਰਿੰਡਾ ਸ਼ਹਿਰ ਦੀਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦੇ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹਜ਼ਾਰਾਂ ਮੈਂਬਰ ਪਹੁੰਚੇ ਹੋਏ ਸਨ। ਚੰਨੀ ਦੇ ਘਰ ਵੱਲ ਵੱਧ ਰਹੀ ਸੀ। ਪੁਲਿਸ ਦਾ ਇਲਜ਼ਾਮ ਹੈ ਕਿ ਪ੍ਰਦਰਸ਼ਨਕਾਰੀ ਆਪਣੇ ਨਾਲ ਪੱਥਰ ਲੈ ਕੇ ਆਏ ਸੀ। ਉਹਨਾਂ ਨੇ ਪੱਥਰਬਾਜ਼ੀ ਸ਼ੁਰੂ ਕੀਤੀ ਤੇ ਮਜਬੂਰਨ ਭੀੜ ਨੂੰ ਖਦੇੜਨ ਦੇ ਲਈ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਸੈਂਸ ਨਹੀਂ ਛੱਡੀ। ਆ ਦੇਖੋ ਤੁਸੀਂ, ਮੈਂ DSP ਮੌਕੇ ਤੇ ਮਾਰ ਮਾਰ ਪੱਥਰ ਸਾਡੇ, ਉਹਨਾਂ ਨੇ ਬੁਰਾ ਹਾਲ ਕਰ ਦਿੱਤਾ ਸਾਡਾ, ਠੀਕ ਹੈ। ਫਿਰ ਵਿੱਚੋਂ ਹੀ ਕਿਸੇ ਨੇ ਛੁਲਬਲੀ ਜਿਹੀ ਉਡਾ ਕੇ ਤੇ ਹੁਣ ਜਿਹੜੇ ਸਾਰੇ ਸਾਡੇ ਮਾਰ ਕੇ ਸਾਨੂੰ ਜ਼ਖਮੀ ਕਰਕੇ ਤੁਰਦੇ ਬਣੇ। ਸਰ ਇੱਕ ਤੁਹਾਡੇ ਮੁਲਾਜ਼ਮ ਦੀ ਪੱਗ ਵੀ ਲਾਈ ਹੈ ਬਹੁਤ। ਪੱਗਾਂ ਦੇਖੋ ਜੀ, ਮੇਰਾ ਹੱਥ ਤੋੜ ਕੇ ਰੱਖਦਾ, ਮੇਰੀ ਅਟਾਨੇ ਆ ਪਤਾ ਲੱਗੂਗਾ, ਬਾਂਹ ਟੁੱਟ ਗਈ, ਕਿੰਨੀਆਂ ਸੱਟਾਂ ਮੇਰੇ ਮੁੰਡਿਆਂ ਦੇ ਲੱਗੀਆਂ, ਠੀਕ ਹੈ। ਇਹਨੂੰ ਇਹ ਤੋਂ ਵੱਧ ਪੇਸ਼ੈਂਸ ਕੀ ਰੱਖੀਏ ਵੀ ਅਸੀਂ ਰੋਕ ਰਹੇ ਹਾਂ ਉਹਨਾਂ ਨੂੰ, SDM ਸਾਹਿਬ ਟਾਈਮ ਲੈ ਕੇ ਦੇ ਰਹੇ ਹਾਂ, ਸਾਰੇ ਉਹਨਾਂ ਨਾਲ ਗੱਲ ਕਰ ਰਹੇ ਹਾਂ, ਸਵੇਰ ਦੇ ਅਸੀਂ ਉਹਨਾਂ ਨੂੰ ਮਨਾ ਰਹੇ ਹਾਂ ਵੀ ਅਸੀਂ ਉਹਨੂੰ ਟਾਈਮ ਲੈ ਕੇ ਦੇ ਰਹੇ ਹਾਂ। ਅਤੇ ਪੈਨਲ ਮੀਟਿੰਗ ਦਾ ਸਮਾਂ ਹੁੰਦਾ ਹੈ, ਪੈਨਲ ਬਣੇਗਾ ਤਾਂ ਮੀਟਿੰਗ ਹੋਏਗੀ। ਉਹ ਟਾਈਮ ਨਹੀਂ ਦਿੱਤਾ ਉਹਨਾਂ ਨੇ, ਤਾਂ ਪਥਰਾ ਸ਼ੁਰੂ ਕਰਤਾ ਜੀ, ਪਤਾ ਨਹੀਂ ਕਿੱਥੋਂ ਆਏ ਹੋਏ ਸੀ ਲੋਕ। ਤਿਆਰੀ ਸੀ ਜੀ ਇਹਨਾਂ ਦੀ, ਨਾਲ ਦੇ ਪੱਥਰ ਹੈਗੇ, ਆ ਦੇਖੋ ਤੁਹਾਡੇ ਸਾਹਮਣੇ, ਦੇਖੋ ਤੁਸੀਂ ਬਾਬਾ ਦੇਖੋ, ਸਾਡੀ ਫੋਰਸ ਬਹੁਤ ਹੈ, ਸਾਨੂੰ ਸਫੀਸ਼ੈਂਟ ਹੈ, ਜ਼ਿਆਦਾ ਫੋਰਸ ਸੀ ਸਾਡੇ ਕੋਲ, ਠੀਕ ਹੈ। ਸਾਨੂੰ ਇੰਨੀ ਫੋਰਸ ਦੀ ਲੋੜ ਨਹੀਂ, ਅਸੀਂ ਫੋਰਸ ਯੂਜ਼ ਹੀ ਨਹੀਂ ਕਰਨੀ ਉਹਨਾਂ ਦੀ ਮਨਸ਼ਾ ਦਾ। ਅਸੀਂ ਤਾਂ ਉਹਨਾਂ ਨੂੰ ਪੱਥਰ ਬਾਗ ਲੈ ਕਰਕੇ, ਜੋ ਸਾਡੇ ਮਾਨਯੋਗ SSP ਸਾਹਿਬ ਨੇ ਸਾਨੂੰ ਹਦਾਇਤ ਦਿੱਤੀ ਵੀ ਬਿਲਕੁਲ ਵੀ ਬੇਟਾ ਤੁਸੀਂ ਪੀਸਫੁਲੀ ਆਪਣਾ ਆਰਾਮ ਨਾਲ ਤੁਸੀਂ ਇਹਨਾਂ ਨੂੰ ਟਾਈਮ ਦਿਵਾਉਣਾ। ਸਾਡੇ SSP ਸਾਹਿਬ, ਸਾਡੇ DC ਸਾਹਿਬ, SDM ਸਾਹਿਬ ਸਾਡੇ ਵਿੱਚ ਖੜ ਕੇ ਇੱਥੇ ਟਾਈਮ ਦਿਵਾ ਰਹੇ ਨੇ। ਇਹਦਾ ਤਿਆਰੀ ਕਰਕੇ ਆਏ ਸੀਗੇ ਜੀ, ਇਹ ਸਾਡਾ ਮਤਲਬ ਇੱਕ ਪੀਸਫੁਲੀ ਜਿਹੜਾ ਕਹਿਣ ਦਾ ਡਰਾਮਾ ਕਰਨ ਆਏ ਸੀ, ਝੋਲਿਆਂ 'ਚ ਇਹਨਾਂ ਦੇ ਪੱਥਰ ਸੀਗੇ, ਰੋਟੀ ਦਿਖਾਉਣ ਦੇ ਬਹਾਨੇ ਇਹਨਾਂ ਨੇ ਝੋਲਿਆਂ 'ਚ ਪੱਥਰ ਪਾ ਕੇ ਲੈਂਦੇ, ਜਿਹੜੇ ਪੱਥਰਾ ਕਰ। ਸਰ ਆਪਣੇ ਕਿੰਨੇ ਮੁਲਾਜ਼ਮ ਫੱਟੜੇ ਜੀ? ਦੇਖਦੇ ਹਾਂ ਜੀ, ਹਲੇ ਤਾਂ ਸਾਡੇ ਮੁਲਾਜ਼ਮ ਵਿਚਾਰੇ ਕਈ ਜ਼ਖਮੀ ਹੋ ਕੇ ਡਿੱਗੇ, ਇੱਕ ਦੋਨੂੰ ਚੱਕ ਕੇ ਲੈ ਕੇ ਜਾਓ। ਕੀ ਕਾਰਵਾਈ ਹੋਏਗੀ ਆਪਣੀ ਅਗਲੀ ਕਾਰ? ਦੇਖਦੇ ਹਾਂ ਜੀ, ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਤਾਂ ਬਾਕੀ ਦੇਖਦੇ ਜੋ ਹੁੰਦਾ। ਸਭ ਤੋਂ ਪਹਿਲਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਿਗੁਰੂ ਸਿੰਘ ਜੀ, ਪਿੰਡ ਰਾਜ ਧੜਿਆਣਾ, ਜੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ, ਪਿੰਡ ਦੀ ਜਥੇਬੰਦੀ ਵੱਲੋਂ, ਸਾਡੀ ਆਗੂ ਵੱਲੋਂ ਲਾਈ ਗਈ ਹੈ ਡਿਊਟੀ, ਅਤੇ ਅਸੀਂ ਆਪਣੀਆਂ ਜਿਹੜੀਆਂ ਨਜ਼ੂਰ ਜ਼ਮੀਨਾਂ ਨੇ, ਮਤਲਬ ਉਹਨਾਂ ਦੇ ਮਾਲਕੀ ਦੀ ਹੱਕਾਂ ਬਾਰੇ, ਪਹਿਲਾਂ ਇਸ ਤੋਂ ਪਹਿਲਾਂ ਅਸੀਂ 13 ਤਰੀਕ ਨੂੰ ਮੋਤੀ ਮਹਿਲ ਦਾ ਵਿਘਰਾਓ ਕੀਤਾ, ਅਤੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਸਾਡੇ, ਉਸ ਕਰਕੇ ਅਸੀਂ ਚਰਨਜੀਤ ਚੰਨੀ ਨੂੰ ਬਹੁਤ ਆਸਾਂ ਦੀਆਂ ਉਮੀਦਾਂ ਲੈ ਕੇ ਆਏ ਹਾਂ ਕਿ ਉਹ ਸਾਡੇ SC ਭਾਈਚਾਰੇ 'ਚੋਂ ਨੇ, ਕਿ ਉਹ ਸਾਡੀਆਂ ਉਮੀਦਾਂ 'ਤੇ ਖਰੇ ਉਤਰਨਗੇ, ਅਤੇ ਸਾਡੇ ਜੋ ਨਜ਼ੂਰ ਜ਼ਮੀਨਾਂ ਦਾ ਜਿਹੜਾ ਸੀਲਿੰਗ ਐਕਟ ਤੋਂ ਉੱਤੇ ਹੋਰ ਜ਼ਮੀਨਾਂ ਨੇ, ਜੋ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ, ਜੋ ਹਰ ਸਾਲ ਸਾਨੂੰ ਬਹੁਤ ਪਿੰਡ ਦੇ ਧਨਾਟਾਂ ਨਾਲ ਲੜਾਈ ਝਗੜਾ, ਕਈਆਂ ਦਾ ਨੁਕਸਾਨ ਵੀ ਹੁੰਦਾ, ਸੱਟਾਂ ਫੇਟਾਂ ਵੀ ਵੱਜਦੀਆਂ ਨੇ, ਉਹਨੂੰ ਪੱਕੇ ਤੌਰ 'ਤੇ ਲੈਣ ਵਾਸਤੇ ਅਸੀਂ ਚਰਨਜੀਤ ਚੰਨੀ ਨੂੰ ਬੇਨਤੀ ਕਰਦੇ ਹਾਂ ਕਿ ਜੋ ਆਪਣੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ 33 ਸਾਲਾਂ ਪੱਟੇ ਦੇ ਸਾਡੇ SC ਭਾਈਚਾਰੇ ਨੂੰ ਦਿੱਤੀਆਂ ਜਾਣ, ਅਤੇ ਜਿਹੜੀਆਂ ਨਜ਼ੂਲ ਜ਼ਮੀਨਾਂ ਨੇ SC ਆਪਣੀਆਂ 1956 ਤੋਂ ਲੈ ਕੇ, ਉਹਨਾਂ ਦਾ ਹਜੇ ਤੱਕ ਸਾਨੂੰ ਕੋਈ ਮਾਲਕੀ ਹੱਕ ਨਹੀਂ ਦਿੱਤਾ ਗਿਆ, ਉਹਨਾਂ ਨੂੰ ਵੀ ਉਹ ਵੀ ਸਾਨੂੰ ਮਾਲਕੀ ਹੱਕ ਦਿੱਤੇ ਜਾਣ। ਉਹਨਾਂ ਇਹ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਤਾਂ ਐਲਾਨ ਕਰ ਦਿੱਤਾ ਵੀ ਹੁਣ ਸਾਰਿਆਂ ਨੂੰ ਵੀ ਜਿੰਨੇ ਵੀ ਮਾਲਕੀ ਹੱਕਾਂ ਜਾਂ ਲਾਲ ਕੀੜ ਦੇ ਵਿੱਚ ਭਾਈਚਾਰੇ ਕੋਲ ਜਿਹੜੇ ਵੀ ਕਾਬਜ਼ ਹੈ ਉਹਨਾਂ ਨੂੰ ਅਸੀਂ ਪੂਰਨ ਤੌਰ 'ਤੇ ਜਲਦੀ ਦੇਣੀ ਦੇ ਹੱਕ ਦੇਵਾਂਗੇ। ਸਰ ਜੀ, ਸਾਡਾ ਸਿਰਫ ਲਾਲ ਲਕੀਰ ਵਾਲੇ ਮਸਲਿਆਂ ਨਾਲ ਜਿਹੜਾ ਮਸਲਾ ਹੈ ਉਹ ਹੱਲ ਨਹੀਂ ਹੋਣਾ। ਆਪਾਂ ਜੇ ਦੇਖਿਆ ਜਾਵੇ ਪੂਰੇ ਪੰਜਾਬ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਵੇ, ਅਤੇ ਆਪਣੇ ਕਿਸਾਨੀ ਹੈ ਭਾਈਚਾਰੇ ਨੇ ਜੋ 8-8, 10-10 ਕਿੱਲਿਆਂ ਵਾਲੇ ਨੇ, ਜੋ ਕੋਈ ਸਰਬਾਸ ਖਾ ਕੇ ਹੋਊਗੀ ਕਿਵੇਂ ਇਸ ਤਰ੍ਹਾਂ, ਜਦੋਂ ਉਸ ਹਿਸਾਬ ਨਾਲ ਸਾਡਾ ਵੀ ਇਕੱਲੇ 2-2, 4-4 ਬਿਸਵਿਆਂ ਦੇ ਸਾਡੇ ਮਕਾਨ ਨੇ, ਜਿਹਦੇ ਵਿੱਚ ਅਸੀਂ 2-2, 3-3 ਭਰਾ ਇਕੱਠੇ ਰਹਿ ਰਹੇ ਹਾਂ, ਤਾਂ ਉਸਦੇ ਵਾਸਤੇ ਸਾਨੂੰ ਇਹ ਵੀ ਬੇਨਤੀ ਹੈ ਆਪਣਾ ਮੰਤਰੀ ਸਾਹਿਬ ਨੂੰ ਕਿ ਸਾਨੂੰ 5-5 ਮਰਲਿਆਂ ਦੇ ਜੋ ਪਲਾਟ ਨੇ ਉਹਦਾ ਵੀ ਕੋਈ ਹੱਲ ਕੀਤਾ ਜਾਵੇ, ਅਤੇ ਜਿਹੜੀਆਂ ਸਾਡੀਆਂ ਪੱਕੇ ਤੌਰ 'ਤੇ ਜ਼ਮੀਨਾਂ ਨੇ, ਨਜ਼ੂਰ ਜ਼ਮੀਨਾਂ, ਉਹਨਾਂ ਦਾ ਪੱਕਾ ਰਜਿਸਟਰੀ ਹੱਕ ਸਾਨੂੰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਰ ਸਿੰਘ ਮਿਸ਼ਨਪੁਰਾ ਬਲਾਕ ਸਮਾਣਾ। ਅੱਜ ਅਸੀਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪਾਸ ਆਏ ਸੀਗੇ ਆਸ ਲੈ ਕੇ ਕਿ ਜੋ ਇਹਨਾਂ ਦੀਆਂ ਮੰਗਾਂ ਨੇ ਆਪਣੇ ਮੁਖਾਰ ਦੇ ਵਚਨ ਕਰਨ ਨੂੰ ਪੂਰਾ ਕਰੂਗਾ, ਅਸੀਂ ਸਵੇਰ ਦੇ ਨੂੰ ਉਡੀਕ ਰਹੇਗੇ, ਪਰ ਇਹ ਸਾਨੂੰ ਮਿਲਣ ਨਹੀਂ ਆਇਆ। ਜਿੰਨੀ ਸਾਨੂੰ ਇਹਨਾਂ ਦੀ ਆਸ ਸੀਗੀ ਕਿ ਸਾਡੇ ਭਾਈਚਾਰੇ ਵਿੱਚ, ਸਾਡੇ ਸਮਾਜ ਦੇ ਵਿੱਚ ਨੇ ਸਾਡੀ ਗੱਲ ਕਰਨਗੇ, ਤਾਂ ਸਾਨੂੰ ਇਹ ਵੀ ਆਸ ਸੀਗੀ ਕਿ ਸਾਨੂੰ ਚੱਲ ਕੇ ਮਿਲਣ ਵੀ ਆਉਣਗੇ, ਤਾਂ ਕਿ ਸਾਡੀ ਦੁੱਖ ਨੂੰ ਸੁਣਨਗੇ। ਇਹ ਕਹਿਣਾ ਕਿ ਜਦੋਂ ਸਾਨੂੰ ਇਹਨਾਂ ਦੇ ਬਾਅਦ ਚੱਲਣ ਆਉਂਦਾ, ਵਿੱਚ ਬਜ਼ੁਰਗ ਸੀਗੇ 70 ਸਾਲ ਦੀਆਂ ਬੁੱਢੀਆਂ, ਉਹਨੇ ਮੁਸੀਬਤ ਇਹਨਾਂ ਦੁੱਖ ਨੇ ਮਹਿਸੂਸ ਨਹੀਂ ਕੀਤਾ ਹੈਗਾ, ਜੋ ਸਾਡੇ ਵਰਗ ਨੂੰ ਆਸ ਸੀਗੀ, ਪਰ ਸਾਨੂੰ ਅੱਜ ਇਹ ਸਿੱਧ
ਹੋ ਰਿਹਾ ਹੈ ਪਰ ਸਾਨੂੰ ਇਹਨਾਂ ਕੋਲ ਐਡੀ ਵੱਡੀ ਆਸ ਨਹੀਂ ਲੱਗ ਰਹੀ ਕਿਉਂਕਿ ਅਸੀਂ ਤਾਂ ਚੰਨੀ ਸਾਹਿਬ ਦੇ ਬਹੁਤ ਮਾਣ ਕਰਿਆ ਸੀ ਸਮਾਜ ਦੇ ਵਿੱਚ ਨੇ ਗਏ ਕਿ ਹਰੇਕ ਵਰਗ ਦੇ ਵਿੱਚ ਕੰਮ ਕਰਨਗੇ ਜੋ ਮਾਈਕਰੋ ਦੀਆਂ ਸਕੀਮਾਂ ਨੇਗੀਆਂ ਲੋਨ ਕਰਜ਼ੇ ਦੀਆਂ ਉਹ ਜਿਸਨੇ ਪ੍ਰਾਈਵੇਟ ਕੰਪਨੀਆਂ ਨੇ ਇਹ ਸਮਾਜ ਨੂੰ ਕੁੱਟ ਰੱਖਿਆ ਹੈਗਾ ਬੰਦ ਰੱਖਿਆ ਹੈਗਾ ਉਹ ਕਰਜ਼ੇ ਮਾਫ਼ ਹੋਣੇ ਚਾਹੀਦੇ ਨੇਗੇ ਕਿਉਂਕਿ ਕਰਜ਼ੇ ਜਿੱਥੇ ਜ਼ਿਮੀਂਦਾਰ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣ 2-2 ਲੱਖ ਰੁਪਏ ਦੇ ਤਾਂ ਜੋ ਇਹਨਾਂ ਦੇ ਵਿੱਚ ਤਕਰੀਬਨ 10 ਕਰੋੜ ਰੁਪਏ ਦੇ ਕਰਜ਼ੇ ਨੇ ਮਾਫ਼ ਹੋਣੇ ਜ਼ਰੂਰੀ ਨੇ ਤਾਂ ਕਿ ਸਮਾਜ ਨੂੰ ਪਲਾਟਾਂ ਦੀ ਗੱਲ ਸੀ 5 ਅਕਤੂਬਰ ਤੱਕ ਕਿ ਰਿਕਾਰਡ ਨੂੰ ਤਲਬ ਇਹ ਤਿਆਰ ਕੀਤਾ ਜਾਵੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜਿਹੜੇ ਅਧਿਕਾਰੀ ਆ ਕਰਮਚਾਰੀ ਨੇ ਕਾਰਵਾਈ ਨਹੀਂ ਕੀਤੀ ਉਹਨਾਂ 'ਤੇ ਵੀ ਸਖ਼ਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈਗੀ ਤਾਂ ਕੋਈ ਨਗੇਲੀ ਨਾ ਕਰਨ ਇਹਨਾਂ ਵੱਲੋਂ ਐਲਾਨ ਤਾਂ ਕਰ ਦਿੱਤੇ ਗਏ ਵੀ ਜਲਦੀ ਇਹ ਅਲਾਟਮੈਂਟ ਹੋ ਜਾਏਗੀ ਐਲਾਨ ਕੀਤਾ ਸੀਗਾ ਜੀ 5 ਅਕਤੂਬਰ ਤੱਕ ਸਾਰਾ ਰਿਕਾਰਡ ਤਿਆਰ ਕੀਤਾ ਜਾਵੇ ਪਰ ਕਈ ਪਿੰਡਾਂ ਦੇ ਵਿੱਚ ਤਿਆਰ ਨਹੀਂ ਕੀਤਾ ਗਿਆ ਇਹਨਾਂ ਕਰਮਚਾਰੀਆਂ ਅਧਿਕਾਰੀਆਂ ਦੀ ਅਣਗਹਿਲੀ ਹੈ ਉਹਨਾਂ 'ਤੇ ਸ਼ਿਕੰਜਾ ਕਹਿਣਾ ਜ਼ਰੂਰੀ ਹੈ ਤਾਂ ਕਿ ਆਪਣੇ ਅਹੁਦੇ ਨੂੰ ਵਰਤਣ ਇਹ ਸਮਾਜ ਭਾਗਾਂ ਨਾਲ ਮਿਲਿਆ ਰੋਜ਼ ਰੋਜ਼ ਨਹੀਂ ਮਿਲਦਾ ਕਿਉਂਕਿ 70 ਸਾਲ ਹੋ ਗਏ ਇਹ ਵੀ ਸਮਾਜ ਦੀ ਤਾਕਤ ਨੂੰ ਦੇਖ ਕੇ ਇਹਨੂੰ ਅਹੁਦਾ ਮਿਲੇਗਾ ਉਸ ਅਹੁਦੇ ਦੀ ਪਛਾਣ ਕੀਤੀ ਜਾਵੇ ਪਰਖ ਕੀਤੀ ਜਾਵੇ ਅਤੇ ਉਹਦੇ ਅਮਲ ਵੀ ਕਰਿਆ ਜਾਵੇ ਕਿ ਜੇ ਸਮਾਜ 'ਚ ਜੋ ਤਾਕਤ ਹੈ ਤਾਂ ਉਹ ਸਾਨੂੰ ਮਿਲੇਗੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਪਹਿਲਾਂ ਕਦੇ ਮੀਟਿੰਗ ਦੀ ਕੋਈ ਗੱਲਬਾਤ ਕੀਤੀ ਹੈ ਪਹਿਲਾਂ ਕੋਈ ਕੁਛ ਬੰਦਿਆਂ ਨੇ ਜਾਂ ਮੀਟਿੰਗ ਦੀ ਗੱਲ ਕੀਤੀ ਪਹਿਲਾਂ ਕੁਛ ਬੰਦਿਆਂ ਨੇ ਸਾਡੇ ਨੇ ਗੱਲਬਾਤ ਕੀਤੀ ਹੈਗੀ ਪਰ ਭਰੋਸਾ ਵੀ ਦਵਾਇਆ ਉਸ ਭਰੋਸੇ ਨੂੰ ਅਤੇ ਇਹਨਾਂ ਦੀ ਗੱਲਾਂ ਬਾਤਾਂ ਨੂੰ ਸੁਣ ਕੇ ਸਾਨੂੰ ਪੂਰਾ ਇਹਨਾਂ 'ਤੇ ਮਾਣ ਸੀਗਾ ਵੀ ਸਾਡੀ ਗੱਲ 100 ਸਾਲ ਜ਼ਰੂਰ ਸੁਣਨਗੇ ਪਰ ਸਾਨੂੰ ਮਜਬੂਰ ਰਹਿ ਕੇ ਬੈਠਣਾ ਪੈ ਗਿਆ ਅਤੇ ਵੇਟ ਕਰਨਾ ਪੈ ਗਿਆ ਜੇ ਸਾਡੀ ਗੱਲ 2-3 ਵਜੇ ਸੁਣ ਲੈਂਦੇ ਤਾਂ ਅਸੀਂ ਆਪਣੇ ਸਮੇਂ ਦੇ ਨਾਲ ਆਪਣੇ ਘਰ ਵਾਪਸੀ ਕਰ ਸਕਦੇ ਸੀ ਹੁਣ ਕੀ ਅਗਲਾ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਜੋ ਐਕਸ਼ਨ ਅੰਦਰੋਂ ਜਵਾਬ ਹੋ ਗਏ ਉਸ ਹਿਸਾਬ ਨਾਲ ਕਰਿਆ ਜਾਵੇ ਮੋਰਿੰਡਾ ਪਹੁੰਚੇ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਵਧਣ ਲੱਗੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕਿਆ ਮੰਗ ਪੱਤਰ ਲੈਂਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਮਾਲ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਹਾਲਾਂਕਿ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦੇ ਲਈ ਅੜੇ ਹੋਏ ਸਨ ਜਦੋਂ ਅਧਿਕਾਰੀ ਉਹਨਾਂ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਦਾ ਭਰੋਸਾ ਦਿਵਾਉਣ ਦੇ ਵਿੱਚ ਅਸਫਲ ਰਹੇ ਤਾਂ ਪੁਲਿਸ ਦਾ ਕਹਿਣਾ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਪੱਥਰ ਸੁੱਟਣੇ ਸ਼ੁਰੂ ਕੀਤੇ ਤਾਂ ਫਿਰ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੰਘਰਸ਼ ਕਮੇਟੀ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਸੰਘਰਸ਼ ਕਰਦੀ ਆ ਰਹੀ ਹੈ ਉਹ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਨੂੰ ਪੱਕੇ ਤੌਰ ਤੇ ਦਲਿਤਾਂ ਦੇ ਨਾਂ ਕਰਾਉਣ ਸੁਸਾਇਟੀ ਦੀਆਂ ਜ਼ਮੀਨਾਂ ਦੇ ਬਿਨਾਂ ਸ਼ਰਤ ਮਾਲਕੀ ਹੱਕ ਦੇਣ ਅਤੇ ਲੋੜਵੰਦ ਦਲਿਤਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਮੰਗ ਕਰ ਰਹੇ ਸਨ ਬਸ ਇਹੀ ਮੰਗਾਂ ਉਹ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਉਣਾ ਚਾਹੁੰਦੇ ਸੀ ਮੋਰਿੰਡਾ ਤੋਂ ਬਿਊਰੋ ਰਿਪੋਰਟ ਐਂਡ 7 ਨਿਊਜ਼